ਸੋਰਠ ਮਹੱਲਾ ਪੰਜਵਾਂ। ਰਾਗ ਸੋਰਠ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਪਰਮਾਤਮਾ ਦੀ ਸ਼ਰਨ ਪੈ ਕੇ ਉਸਦੇ ਸਾਰੇ ਡਰ ਲੈ ਜਾਂਦੇ ਹਨ, ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਉਹ ਸਦਾ ਆਤਮਕ ਆਨੰਦ ਮਾਣਦਾ ਹੈ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਹ ਭਾਈ, ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ਅਤੇ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ। ਪ੍ਰਭ ਜੀਓ, ਤੂੰ ਮੇਰੋ ਸਾਹਿਬ ਦਾਤਾ। ਇਹ ਪਰਮਾਤਮਾ ਜੀ, ਤੂੰ ਮੇਰਾ ਮਾਲਕ ਹੈ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਰਹਾਓ ਹੇ ਦੀਨਾ ਉੱਤੇ ਦਇਆ ਕਰਨ ਵਾਲੇ ਪਰਮਾਤਮਾ, ਮੇਰੇ ਉੱਤੇ ਮਿਹਰ ਕਰ, ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਤੇਰੇ ਗੁਣ ਗਾਉਂਦਾ ਰਹਾਂ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ। ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸਦੀ ਸਾਰੀ ਚਿੰਤਾ ਦੂਰ ਹੋ ਗਈ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਿਨਾਸੀ। ਪਰਮਾਤਮਾ ਮਿਹਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸਦੇ ਮਨ ਵਿੱਚ ਨਾਸ ਰਹਿਤ ਪਰਮਾਤਮਾ ਆ ਵਸਦਾ ਹੈ। ਤਾਂ ਕੋ ਬਿਗਨ ਨ ਕੋ ਲਾਗੈ, ਜੋ ਸਤਿਗੁਰ ਆਪਣੈ ਰਾਖੇ। ਹੇ ਭਾਈ, ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ, ਉਸ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਚਰਨ ਕਮਲ ਬਸੇ ਰਿਧ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਪਰਮਾਤਮਾ ਦੇ ਕੋਲ ਫੁੱਲ ਵਰਗੇ ਕੋਮਲ ਚਰਨ ਉਸਦੇ ਹਿਰਦੇ ਵਿੱਚ ਆ ਵਸਦੇ ਹਨ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਰਸ ਸਦਾ ਚੱਖਦਾ ਹੈ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਹੇ ਭਾਈ, ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ, ਸੇਵਕਾ ਵਾਂਗ ਉਸਦੀ ਸੇਵਾ ਭਗਤੀ ਕਰਦਾ ਰਹੋ। ਨਾਨਕ ਦਾਸ ਤਾਂ ਕੈ ਬਲਹਾਰੈ, ਜਿਨ ਪੂਰਨ ਪੈਜ ਰਖਾਈ। ਹੇ ਦਾਸ ਨਾਨਕ, ਆਖ ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਵਿਘਨਾਂ ਦੇ ਟਾਕਰੇ 'ਤੇ ਹਰ ਵੇਲੇ ਪੂਰੇ ਤੌਰ 'ਤੇ ਇੱਜ਼ਤ ਰੱਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।